ਪੂਰਨ ਬ੍ਰਹਮ ਗਿਆਨੀ ਬ੍ਰਹਮ ਸਰੋਤਰੀ ਬ੍ਰਹਮ ਦੇਵਤੀ ਗੁਰੂ ਗੁਰੂ ਰਾਮਾਨੰਦ ਜੀ। ਮੈਂ ਵੀ ਪੱਲੇ ਚਰਨਾਂ ਨਾਲ ਲੱਗ ਕੇ ਤਰ ਗਿਆ, ਤੂੰ ਵੀ ਪੱਲਾ ਮਾਰ ਤਰ ਜਾ। ਜਮਾਂ ਦੀ ਮਾਰ ਬੜੀ, ਕਿਉਂਕਿ ਪਿਆਰੀ ਇਹ ਸੱਚ ਹੈ, ਇੱਕ ਦਿਨ ਤਾਂ ਜਾਣਾ, ਜਨਮ ਹੈ ਫਿਰ ਮਰਨ ਹੈ, ਬਾਲਕ ਜਵਾਨੀ ਫਿਰ ਬਿਰਧ, ਸਦੀਵੀ ਤਾਂ ਮਨੁੱਖ ਨੇ ਰਹਿਣਾ। ਕਾਲਿਆਂ ਤੋਂ ਧੌਲੇ ਆ ਗਏ, ਅਜੇ ਵੀ ਮਨ ਨਾ ਭਤੀਜਿਆ, ਅਜੇ ਵੀ ਇਹ ਸਮਝਿਆ ਨਾ ਇਸ ਜਨਮ ਦਾ ਲਾਹਾ ਲਾਵਾਂ। ਦੇਖਣ ਵਿੱਚ ਐਸੇ ਮਨੁੱਖਾਂ ਦੀ ਬਹੁ ਗਿਣਤੀ, ਉਹ ਬੇਖਬਰ ਬੇਖੌਫ ਨੇ, ਪਰਮੇਸ਼ਰ ਦਾ ਭੈ ਤੇ ਡਰ ਨਹੀਂ ਮੰਨਦੇ। ਵਿਚਾਰ ਤੋਂ ਕੀ ਨੇ ਵਿਚਾਰੀ, ਪਰ ਸਤਿਗੁਰਾਂ ਦੇ ਬਚਨ ਨੇ ਪਿਆਰੇ ਆ ਵਿਚਾਰੀ ਬਣ। ਵਿਚਾਰ ਕਰ ਸਿੱਖੀ ਸਿੱਖਿਆ ਗੁਰ ਵਿਚਾਰ, ਵਿਚਾਰ ਕਰ ਗੁਰੂ ਦੇ ਬਚਨਾਂ ਦਾ, ਗੁਰੂ ਦੀ ਪਾਵਨ ਬਾਣੀ ਦਾ, ਕਿ ਮੇਰੇ ਗੁਰੂ ਦਾ ਕੀ ਉਪਦੇਸ਼ ਸੰਦੇਸ਼, ਕਿਵੇਂ ਜਗਤ ਵਿੱਚ ਰਹਿਣਾ, ਕਿਵੇਂ ਅਮੋਲਕ ਜਨਮ ਸਫਲ ਹੋਵੇਗਾ, ਪਤਾ ਨਹੀਂ ਕਦੋਂ ਸਮਾਜ। ਪਾਤਸ਼ਾਹ ਦੇ ਬਚਨ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਨਹਿ ਬਾਗ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀ ਹੈ ਜੋ ਆਏ ਪਰ ਜਮ ਬੰਦ। ਉਸ ਵੇਲੇ ਦਾ ਕਿ ਜਮਾਂ ਨੇ ਕਦੋਂ ਲੈ ਜਾਣਾ ਹੈ ਪਿਆਰੇ, ਕਦੋਂ ਵੱਧ ਗਿਆ ਕੋਈ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਚਨ ਕਹਿੰਦੇ ਨੇ, ਹਮ ਆਦਮੀ ਹਾਂ ਇੱਕ ਦਮ ਹੀ, ਇੱਕ ਦਮ ਦੇ ਆਦਮੀ ਹਾਂ ਪਾਲੇ ਦਮ, ਜੇ ਸੋਚੇ ਅਜੇ ਤਾਂ ਮੈਂ ਮਰਨਾ ਹੀ ਨਹੀਂ, ਬੜੇ ਸਾਲ ਜੀ ਬੜੇ ਦਿਨ ਬੜੇ ਹਫ਼ਤੇ, ਪਰ ਸਤਿਗੁਰੂ ਪਾਤਸ਼ਾਹ ਵਚਨ ਕਹਿੰਦੇ ਨੇ ਇੱਕ ਦਮ ਦੇ ਆਦਮੀ ਹਾਂ, ਸਾਂਭੇ ਕੇ ਨਾ ਮਤ ਦਾਵੇ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਸਾਵੇ ਕੇ ਇੱਕ ਦਮ ਦੇ ਆਦਮੀ ਹਾਂ, ਪਰ ਦੇਖਦੇ ਤੱਕਦੇ ਹਾਂ ਕਿ ਅਮਕਾ ਪੁਸ਼ਕਿਨ ਪਲ ਵਿੱਚ ਮਿਲਦੂ ਹੋ ਗਿਆ, ਸਾਹ ਹੀ ਨਹੀਂ ਹੈ। ਮਨੁੱਖ ਸੁਣਦਾ ਵੀ ਹੈ ਦੇਖਦਾ ਵੀ ਹੈ, ਪਰ ਵਿਚਾਰ ਤੋਂ ਕੀ ਨਾ ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਜਿਉਂਦਾ ਇਹ ਸੋਚੀ ਨਹੀਂ। ਗੁਰ ਸ਼ਬਦੀ ਗੁਰਮਤੀਆਂ ਨਹੀਂ ਬਣਿਆ, ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੋਈ। ਪਾਤਸ਼ਾਹ ਉਪਦੇਸ਼ ਦਿੰਦੇ ਨੇ, ਉਹ ਮਨੁੱਖ ਐਸਾ ਕ੍ਰੋਧੀ ਚੰਡਾ, ਐਸੀ ਕਰਮਾਂ ਦੇ ਬੀਜ ਬੀਜ ਬੈਠਾ, ਅਨਕ ਸਾਸਨ ਤੜੰਤ ਜਮ ਦੂਤ ਹੈ ਤਬ ਸੰਗੇ ਅਧਮ ਅੰਦਰ ਹੈ। ਬੜੀ ਸਾਸਨ ਬੜੀ ਤੜਨਾ ਬੜੇ ਦੁੱਖ ਦਿੰਦੇ, ਤੇ ਜਮਾਂ ਦੇ ਵਸ ਪਿਆ ਮਨੁੱਖ, ਬੜੀਆਂ ਸਜਾਵਾਂ ਭੁਗਤਦਾ ਪਿਆਰੀ, ਬੜੇ ਨਰਕ 18 ਪ੍ਰਕਾਰਾਂ ਦੇ ਨਰਕਾਂ ਦਾ ਜ਼ਿਕਰ ਹੈ, ਕੁੰਭੀ ਨਰਕ ਅਸਪੱਤਰ ਬਾਣ ਵੈਤਣੀ ਨਦੀ ਜੋ ਵਿੱਚ ਤੇ ਪਾਕ ਦੀ ਵਗਦੀ ਹੈ, ਅਗਨੀ ਦਾ ਕੁੰਡ ਤੱਤੇ ਥੰਮ ਆਦਿਕ ਨਰਕ, ਇੱਕ ਨਰਕ ਜਗਤ ਵਿੱਚ ਵੀ ਹੈ। ਕਿ ਮਨੁੱਖ ਸੁਚੇਤ ਹੋ ਜਾਵੇ, ਸਾਵਧਾਨ ਹੋ ਜਾਵੇ ਕਿ ਅੰਬ ਕੇ ਪੁਰਸ਼ ਨਾਲ ਇੰਜ ਹੋਇਆ ਮੇਰੀ ਵੀ ਵਾਰੀ ਆ ਸਕਦੀ, ਕਿਉਂਕਿ ਅਜੇ ਬੇੜੀ ਸਮੁੰਦਰ ਵਿੱਚ ਜਾ ਰਹੀ। ਕਹਿਣ ਦਾ ਭਾਵ, ਭਗਤ ਕਬੀਰ ਜੀ ਨੇ ਬੜੇ ਸੁੰਦਰ ਬਚਨ ਕਹੇ, ਕਬੀਰ ਗਰਭ ਨਾ ਕੀਜੀਐ ਰੰਕ ਨਾ ਖੱਸੀਐ ਕੋਏ,
ਕਬੀਰ ਗਰਬ ਨਾ ਕੀਜੀਏ ਪਿਆਰੀਆ ਹੰਕਾਰ ਨਾ ਕਰੋ ਗਰੀਬ ਕੰਗਾਲ ਇਹ ਬੜਾ ਦੁਖੀ ਇੰਜ ਤੋਂ ਇੰਜ ਮਤ ਕਬੂਲ ਬੋਲੇ ਕਬੀਰ ਗਰਬ ਨਾ ਕੀਜੀਏ ਰੰਕ ਨਾ ਖਸੀਐ ਕੋਏ ਅਜਹੋ ਸੋ ਨਾਉ ਸਮੁੰਦਰ ਮੈਂ ਕਿਆ ਜਾਣਾ ਕਿਆ ਅਜੇ ਤੇਰੀ ਬੇੜੀ ਸਮੁੰਦਰ ਵਿੱਚ ਪਤਾ ਨਹੀਂ ਤੇਰੇ ਨਾਲ ਕੀ ਵਰਤਾਰਾ ਵਰਤੇ ਕੀ ਹੋਵੇ ਮਨੁੱਖ ਨੂੰ ਆਪਣੀ ਕਰਮ ਕੀ ਗੱਲ ਮੈਂ ਕਿਆ ਜਾਣੋ ਮੈਂ ਕਿਆ ਜਾਣੋ ਬਾਬਾ ਦੀ ਆਪਾਂ ਨਹੀਂ ਜਾਣ ਸਕਦੇ ਕਿਉਂਕਿ ਕਰਨ ਖਾਦ ਪਰਮੇਸ਼ੁਰ ਮੇਰਾ ਬਣ ਸਤਿਗੁਰੂ ਪਾਤਸ਼ਾਹ ਵਚਨ ਕਹਿੰਦੇ ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨ ਸਰਬ ਜੀ ਰੱਖਿਆ ਕਰੋਤ ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨ ਸਰਬ ਜੀ ਰੱਖਿਆ ਜੋ ਦੀਨਾਂ ਦੇ ਦੁੱਖਾਂ ਨੂੰ ਨਸ਼ਟ ਕਰਨ ਖਾਰਾ ਕੌਣ ਮੇਰਾ ਪ੍ਰਭੂ ਮੇਰਾ ਗੁਰੂ ਨਾਨਕ ਦਿਆਲੂ ਕਿਰਪਾਲੂ ਦੀਨ ਬੰਧੂ ਦੀਨ ਦਿਆਲ ਮੇਰਾ ਸਰ ਉਹੀ ਤੇਰੇ ਸੇ ਸਰਬ ਜੀਵਾਂ ਦੀ ਰੱਖਿਆ ਕਰਦਾ ਉਹੀ ਸਾਡੀ ਰੱਖਿਆ ਕਰੇ ਕਿਉਂਕਿ ਵੱਡਾ ਮਾਲਕ ਹੈ ਰੱਖੇਗਾ ਜਿਨ੍ਹਾਂ ਦੀ ਛੱਡ ਲਈ ਮੇਰੇ ਵਾਹੀ ਗੁਰੂ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਤਿਗੁਰੂ ਰੱਖਦੇ ਦੀਨ ਦੁੱਖ ਭੰਜਨ ਦਇਆਲ ਪ੍ਰਭ ਨਾਨ ਸਰਬ ਜੀ ਰੱਖਿਆ ਕਰੋ ਰੱਖ ਸਾਡੀ ਵੀ ਰੱਖਿਆ ਕਰੇਗਾ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂਗਾ ਅੰਤਰ ਜਾ ਖੇ ਲੋਬਾ ਲੰਪਟ ਸੰਗ ਸਿਰ ਮੋਰ ਅਨਕ ਲਹਿਰੀ ਕਲੋਲ ਤੇ ਲੋ ਕੈਸਾ ਜੋ ਸਭ ਜਨਾਂ ਦੀ ਸਰੋਮਣੀ ਹੈ ਸਤਿਗੁਰੂ ਫਰਮਾਉਂਦੇ ਸਿਰ ਮੋਰ ਹੈ ਸਿਰ ਮੋਰ ਮੁੱਖ ਪ੍ਰਧਾਨ ਲੋਭ ਲੋਕ ਕਿਉਂਕਿ ਲੋਭ ਦੇ ਵਿੱਚ ਆਇਆ ਮਨੁੱਖ ਆਪਣਿਆਂ ਦਾ ਕਾਮ ਜਗਤ ਵਿੱਚ ਐਸੇ ਕਰਮਾਂ ਦੇ ਬੀਜ ਬੀਜਦਾ ਜੋ ਨਾ ਬੀਜਣ ਵਾਲਾ ਲੋਭੀ ਪੁਰਸ਼ ਦਾ ਕੋਈ ਵਸਾ ਨਹੀਂ ਹੁੰਦਾ ਉਹਦਾ ਦਇਆ ਧਰਮ ਖਤਮ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਨ ਤੇ ਬੈਠੇ ਸਨ ਨਜ਼ਦੀਕੀ ਸਿੱਖ ਬੈਠੇ ਨੇ ਗੁਰਦੇਵ ਪਾਤਸ਼ਾਹ ਦੇ ਹਜ਼ੂਰ ਸੇਵਕ ਕੁਝ ਸੰਗਤਾਂ ਪਾਤਸ਼ਾਹ ਕਹਿਣ ਲੱਗੇ ਪਿਆਰੇ ਲੋਭੀ ਪੁਰਸ਼ ਦਾ ਕਦੇ ਵਿਸਾਹ ਤੇ ਭਰੋਸਾ ਨਾ ਕਰੇ ਭੁੱਲ ਕੇ ਭਰੋਸਾ ਨਹੀਂ ਕਰਨਾ ਲੋਭੀ ਕਾ ਵੈਸਾਹੋ ਨਾ ਕੀਚੈ ਜੇ ਕਾ ਪਾਰ ਅੰਤ ਕਾਲ ਕਿੱਥੇ ਤੋਂ ਹੈ ਜਿੱਥੇ ਹੱਥ ਨਾ ਪਾ ਉੱਥੇ ਸੁੱਟੇਗਾ ਜਿੱਥੇ ਕਿਸੇ ਦਾ ਹੱਥ ਵੀ ਨਾ ਕਿਉਂਕਿ ਲੋਭੀ ਪੁਰਸ਼ ਦਾ ਵਸਾ ਭਰੋਸਾ ਕੀ ਹੇ ਲੋ ਲੰਪਟ ਸੰਗ ਸਿਰ ਬੋਲ ਸਭ ਜਨਾ ਤੇ ਸੋ ਇਹਨਾਂ ਸਭਨਾ ਦੀ ਸਾਥ ਲਪਟਾਈ ਰਿਹਾ ਹੈ ਲੋ ਕਰਕੇ ਤੇਰੀ ਲਹਿਰਾਂ ਕਰਕੇ ਜੀਵਨ ਚ ਅਨੇਕ ਵਿਵਹਾਰਾਂ ਦੇ ਤਰੰਗ ਉੱਠਦੇ ਨੇ ਮਨੁੱਖ ਬੜੇ ਯਤਨ ਕਰਦਾ ਬੜੇ ਰੰਗ ਕੈਸੇ ਤਰੰਗ ਉੱਠਦੇ ਨੇ ਜਗਤ ਦੇ ਪਦਾਰਥਾਂ ਬੜੇ ਯਤਨ ਕਰਦਾ ਧੰਨ ਮਾਇਆ ਦੇ ਆ ਕਿਉਂਕਿ ਲੋਭ ਹੈ ਬੜੇ ਯਤਨ ਕਰਦਾ ਤਰੰਗ ਉੱਠਦੇ ਨੇ ਪਦਾਰਥਾਂ ਭਾਵੇਂ ਕਿ ਜਦ ਲੋਭ ਦੀ ਲਹਿਰ ਹੀ ਉੱਠਦੀ ਹੈ ਸਤਿਗੁਰੂ ਕਹਿੰਦੇ ਨੇ ਅਨਕ ਲਹਿਰੀ ਕਲੋਲ ਤੇ
ਤੇ ਤਬ ਨੌਕਰੀ ਬਣ ਜਾਦ ਕਨੇਕ ਸੰਕਲਪ ਹਿਰਦੇ ਵਿੱਚ ਪ੍ਰਗਟ ਹੋ ਜਾਣ, ਕੋਈ ਨੌਕਰੀ ਮਿਲੇ ਕੋ ਬਣ ਜਾਦ ਅਨੇਕ ਸੰਕਲਪ ਖੁਦ ਨਹੀਂ ਪ੍ਰਗਟ ਹੁੰਦੇ ਨੇ, ਲਹਿਰਾ ਪ੍ਰਗਟ ਹੁੰਦੀਆਂ। ਧਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਧਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ, ਸੇ ਜੀਵ ਬਹੁਤ ਪ੍ਰਕਾਰ ਕਰਕੇ ਵਿਵਖਾਰਾਂ ਵਿੱਚ ਧਾਵਦੇ ਨੇ, ਲੋਭ ਬੜੇ ਧਾਵਦੇ ਬੜੇ ਯਤਨ ਕਰਦੇ ਨੇ, ਦਿਨ ਰਾਤ ਧਨ ਪਦਾਰਥ ਵੀ ਹੈ ਸੁੱਖ ਭੋਗ ਰਸ ਵੀ ਨੇ, ਪਰ ਫਿਰ ਵੀ ਤਮਾ ਫਿਰ ਵੀ ਲੋਭ, ਵਾਚਨਾ ਕਰਕੇ ਅਨੇਕ ਦਿਸ਼ਾ ਵਿੱਚ ਡੋਲਦੇ ਫਿਰਦੇ ਨੇ। ਨੱਚ ਮਿੱਤਰੰ ਨੱਚ ਇਸ਼ਟੰਗ ਨੱਚ ਬਾਂਧਵ ਨੱਚ ਮਾਤ ਪਿਤਾ ਧਵ ਲੱਜੇ, ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਨੇ ਤੇਰੇ ਕਰਕੇ ਹੇ ਲੋ ਨਾ ਮਿੱਤਰਾਂ ਦੀ ਨਾ ਇਸ਼ਟ ਦੀ ਨਾ ਬਾਂਧਵਾਂ ਦੀ ਨਾ ਮਾਤਾ ਪਿਤਾ ਆਦਿਕਾਂ ਦੀ ਇਸ ਜੀਵ ਨੂੰ ਲੱਜਾ ਵੀ ਨਹੀਂ ਰਹਿੰਦੀ। ਆਪਾਂ ਦੇਖਦੇ ਵੀ ਹਾਂ ਜਗਤ ਵਿੱਚ ਇਹ ਵਰਤਾਰੇ ਵਰਤਦੇ, ਕੋਈ ਲੱਜਾ ਸ਼ਰਮ ਖਤਮ ਹੋ ਜਾਂਦਾ, ਲੋਭ ਦੇ ਵਿੱਚ ਆਇਆ ਇਹ ਵਿਚਾਰ, ਧਨ ਮਾਇਆ ਪਦਾਰਥ ਚਾਹੀਦਾ। ਨੱਚ ਮਿੱਤਰਾਂ ਨਾ ਮਿੱਤਰਾਂ ਦੀ, ਨੱਚ ਇਸ਼ਟੰ ਨਾ ਇਸ਼ਟ, ਨੱਚ ਬਾਂਧ ਨੱਚ ਮਾਤ ਪਿਤਾ ਤਬ ਲੱਜਾ ਕੋਈ ਲੱਜਾ, ਇਹ ਲੋਭੀ ਜਨ ਸਭਨਾਂ ਦਾ ਧਨ ਗਿਰ ਲੈਂਦਾ ਸਭਨਾਂ ਦਾ, ਕਿਉਂਕਿ ਲੋਭੀ ਪੁਰਸ਼ ਦਾ ਵਿਸਾਲ ਤੇ ਭਰੋਸਾ ਨਹੀਂ ਹੁੰਦਾ, ਕਿਉਂਕਿ ਸੰਤੋਖ ਹੀ ਨਹੀਂ ਉਸ, ਕਿਉਂਕਿ ਲੋਭ ਦੇ ਵਿੱਚ ਰਚਿਆ ਹੋਇਆ ਮਨੁੱਖ ਇੱਕ ਦਾ ਧਨ ਨਹੀਂ ਸਭਨਾਂ ਦਾ ਕੋਈ ਵੀ ਹੋਵੇ, ਕਿਉਂਕਿ ਦੀਨ ਧਰਮ ਉਸਦਾ ਖਤਮ ਹੁੰਦਾ, ਨਿਰਦਈ ਹੈ ਦਇਆਵਾਨ ਵੀ, ਤੁਸ ਮਾਇਆ ਧਨ ਬਦਲੇ ਅਨੇਕਾਂ ਦੇ ਘਾਤ ਵੀ ਕਰ ਦਿੰਦਾ, ਕਿਉਂਕਿ ਲੋਭ ਦੇ ਵਿੱਚ ਗ੍ਰਸਿਆ। ਆਕਰਣਮ ਕਰੋ ਆਖਦਿਆਂ ਖਾਦਿਆਂ ਅਸਾਜਿਆਂ ਸਾਜ ਸਮਝਿਆ, ਜੋ ਕਰਮ ਨਹੀਂ ਕਰਨੇ ਯੋਗ ਸੋ ਜੀਵ ਸੇ ਕਰਵਾ ਦਿੰਦਾ ਹੈ ਲੋਭ, ਜੋ ਕਰਮ ਕਰਨੇ ਯੋਗ ਦੀ ਉਹ ਵੀ ਜੀਵ ਤੋਂ ਕਰਾ ਦਿੰਦਾ, ਕਿਉਂਕਿ ਲੋਭ ਐਸਾ ਬਲ ਬਣ, ਜੋ ਖਾਣੇ ਯੋਗ ਦੀ ਸੋ ਵੀ ਖਵਾ ਦਿੰਦਾ ਹੈ, ਜੋ ਕਾਰਜ ਆਰੰਭ ਕਰਨੇ ਯੋਗ ਨਹੀਂ ਕਿ ਨਹੀਂ ਆਰੰਭ ਕਰਦੇ ਇਹ ਕਾਰਜ, ਇਹ ਬੇਬਰਯਾਦਾ ਨੇ ਉਹ ਵੀ ਕਰਵਾ ਦਿੰਦਾ ਹੈ, ਕੌਣ ਕਰਾਉਂਦਾ ਇਹ ਲੋਭ ਕਰਾਉਂਦਾ, ਧੰਨ ਮਾਇਆ ਪਦਾਰਥਾਂ ਦਾ ਲੋਭ ਕਰਾਉਂਦਾ ਉਹ ਵੀ ਆਰੰਭ ਕਰਾ ਦਿੰਦਾ, ਇਹ ਲੋਭ ਤੋਂ ਭਲੀ ਪ੍ਰਕਾਸ਼ੀ ਅਜੀਤ ਹਾਂ ਨਾ ਜਿੱਤਿਆ ਜਾਣ ਵਾਲਾ ਅਜੀਤ, ਕਿਉਂਕਿ ਸੂਰਮੇ ਦੇ ਪੰਜੇ ਕਾਮ ਕਰੋ ਲੋਭ ਮੋਹੰਕਾਰ ਬੜੇ ਬਲ ਵਾਲੇ ਨੇ ਪਿਆਰੇ। ਤਰਾਹੇ ਤਰਾਹੇ ਸਰਣ ਸੁਆਮੀ ਗਿਆਪਤ ਨਾਨਕ ਹਰ ਨਰ ਹਰ, ਤਰਾਹੀ ਤਰਾਹੀ ਸਰਣ ਸੁਆਮੀ, ਸਤਿਗੁਰੂ ਪਾਤਸ਼ਾਹ ਬਚਨ ਕਹਿੰਦੇ ਹੇ ਨਰਾਂ ਦੇ ਹਰੇ ਕਰਨ ਵਾਲੇ ਮੇਰੇ ਵਾਹੀ ਗੁਰੂ ਨਰ ਸਿੰਘ ਰੂਪ ਧਾਰਨ ਵਾਲੇ ਤ੍ਰਿਲੋਕੀ ਦੇ ਮਾਲਕ ਮੇਰੇ ਵਾਹੀ ਗੁਰੂ ਗੁਰੂ ਨਾਨਕ ਆਪ ਪਾਸ ਅਸੀਂ ਬੇਨਤੀ ਅਰਜੋਈ ਕਰਦੇ ਹਾਂ,
ਇਹ ਸਵਾਮੀ ਸਾਨੂੰ ਇਸ ਲੋਕ ਸੇ ਰੱਖ ਲਵੋ ਰੱਖ ਲਵੋ, ਕਿਉਂਕਿ ਤੂੰ ਮਾਲਕ ਨਾਨਕ ਹਰ ਨਰ ਹੈ। ਤਰਾਹੀ ਤਰਾਹੀ ਸਾਡੇ ਸਵਾਮੀ ਰੱਖਿਆ ਕਰੋ, ਰੱਖਿਆ ਕਰੋ ਤੇਰੀ ਸ਼ਰਨ ਵਿੱਚ ਆਏ ਹਾਂ, ਰੱਖੋ ਆਪਣੀ ਸਰਨ ਰੱਬ ਮੋਹੇ ਕਿਰਪਾ ਤਾਰੇ। ਸੇਵਾ ਕਛੂ ਨਾ ਜਾਣੋ ਨੀਚ ਮੂਰਖਾਰੀ, ਪਾਤਸ਼ਾਹ ਰੱਖ ਲਵੋ ਤੇਰੀ ਸ਼ਰਨ ਤੂੰ ਮਾਲਕ ਦੀਨ ਦੁਨੀਆ। ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮ ਮਿੱਤਰੰ ਤਜੰਤ ਸਤਰੰ ਅਨਕ ਮਾਇਆ ਵਿਸਥੀਰ ਨਹਿ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮ, ਹੇ ਜਨਮ ਤੇ ਮਰਨ ਦੇ ਕਾਰਨ ਸਤਿਗੁਰੂ ਕਹਿੰਦੇ ਨੇ ਹੰਕਾਰ, ਇਹ ਜਨਮ ਤੇ ਮਰਨ ਦਾ ਮੂਲ ਹੈ। ਅਹੰਕਾਰ ਦੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ, ਕਿਉਂਕਿ ਹੰਕਾਰੀਆਂ ਕਰਨੀਓ ਪਰਮੇਸ਼ੁਰ ਦੇ ਮੁੱਖ ਮੋੜਿਆ। ਜਿਸ ਸਮੇਂ ਭਗਤ ਨਾਮ ਦੇ ਮਹਾਰਾਜ ਜੀ ਨੂੰ ਮੰਦਰ ਵਿੱਚੋਂ ਕੱਢ ਦਿੱਤਾ ਧੱਕੇ ਮਾਰੇ ਕਬੂਲ, ਪਰਮੇਸ਼ੁਰ ਭਗਤਾਂ ਦਾ ਪਿਆਰਾ, ਅੱਜ ਵੀ ਉਹ ਮੰਦਰ ਸੁਸ਼ੋਭਿਤ ਹੈ ਮਹਾਰਾਸ਼ਟਰ ਸ੍ਰੀ ਹਜ਼ੂਰ ਸਾਹਿਬ ਤੋਂ ਕੁਝ ਦੂਰੀ ਹੁੰਦੀ। ਮੰਦਰ ਦਾ ਮੁੱਖ ਪਰਮੇਸ਼ੁਰ ਦੇ ਭਗਤ ਨਾਮ ਦੇ ਮਹਾਰਾਜ ਜੀ ਕੰਨੀ ਕਰ ਦਿੱਤਾ। ਅਹੰਕਾਰ ਦੀਆਂ ਨਿੰਦਕਾਂ ਜੋ ਨਿੰਦਕ ਨੇ ਚੁਗਲ ਨੇ ਉਹਨਾਂ ਕੰਨੀਓ ਪਰਮੇਸ਼ੁਰ ਦੇ ਮੁੱਖ ਮੋੜਿਆ ਸਨਮੁੱਖ। ਅਹੰਕਾਰ ਦੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁੱਖ ਲਾਇਆ, ਭਗਤਾਂ ਦਾ ਪਿਆਰਾ ਨਿੰਦਕਾਂ ਚੁਗਲਾਂ ਦਾ ਅਹੰਕਾਰ। ਹੰਕਾਰ ਪ੍ਰਭੂ ਨੂੰ ਪਾਉਂਦਾ ਨਹੀਂ ਪਿਆਰੇ, ਹਰ ਜੂ ਹੰਕਾਰ ਦਾ ਭਾਵ ਬੇਦ ਕੂਕ ਸੁਣਾ, ਰੰਚਕ ਮਾਤਲ ਵੀ ਮੇਰੇ ਵਾਹੇ ਗੁਰੂ ਨੂੰ ਹੰਕਾਰ ਨਹੀਂ ਪਾਉਂਦਾ। ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ, ਹੇ ਜਨਮ ਤੇ ਮਰਨ ਦੇ ਕਾਰਨ ਹੰਕਾਰ ਪਾਪ ਸਰੂਪ ਮਿੱਤਰਤਾ ਨੂੰ ਤਿਆਗ ਕੇ ਸਤਨਾਮ ਨੂੰ ਦ੍ਰਿੜ ਕਰ ਲੈਂਦਾ, ਅਨੇਕ ਪ੍ਰਕਾਰ ਦੀ ਛੜਾਂ ਦਾ ਵਿਸਤਾਰ ਵੀ ਤੂੰ ਕਰਦਾ। ਹੰਕਾਰ ਕਰਕੇ ਜੀਵ ਮਿੱਤਰਾਂ ਤੇ ਸਤਰਤਾ ਕਿ ਅਨੇਕ ਛੜਾਂ ਨੂੰ ਵੀ ਕਰਦਾ ਹੈ ਹੰਕਾਰ, ਬੜੇ ਛੜ ਕਰਦਾ ਮਿੱਤਰਾਂ ਨਾਲ। ਅਵੰਤ ਜਾਵੰਤ ਥਕੰਤ ਜੀਆਂ ਦੁੱਖ ਸੁੱਖ ਬਹੁ ਭੋਗਣ, ਤੇਰੀ ਸੰਗਤ ਕਰਕੇ ਹੇ ਹੰਕਾਰ ਜੀਵ ਆਉਂਦੇ ਜਾਂਦੇ ਜਨਮ ਦੇ ਮਰਦੇ ਥਕਤ ਹੋ ਕੇ ਦੁੱਖਾਂ ਤੇ ਸੁੱਖਾਂ ਨੂੰ ਬਹੁਤ ਪ੍ਰਕਾਰ ਭੋਗਦਾ, ਦੁੱਖਾਂ ਤੇ ਕਿਉਂਕਿ ਹੰਕਾਰੀ ਪੁਰਸ਼ ਪਰਮੇਸ਼ੁਰ ਨੂੰ ਭਾਵਦਾ ਨਹੀਂ ਪਿਆਰਿਆ। ਹੰਕਾਰੀ ਅਵੰਤ ਜਾਵੰਤ ਥਕੰਤ ਜੀਆਂ ਦੁੱਖ ਸੁੱਖ ਬਹੁ ਭੋਗਣ, ਭ੍ਰਮ ਬਿਆਨ ਉਦਿਆਨ ਰਮਣ ਮਹਾ ਵਿਕਟ ਅਸਾਧ ਰੋਗਣ। ਅਸਾਧ ਰੋਗ ਕਹਿੰਦੇ ਨੇ ਉਸਨੂੰ ਜਿਸਦਾ ਕੋਈ ਇਲਾਜ ਨਾ ਹੋਵੇ, ਸਾਧਿਆ ਨਾ ਜਾਵੇ, ਅਸਾਧ
ਜੀ ਭਰਮ ਕਰਕੇ ਭਿਆਨ 84 ਲੱਖ ਜੂਨੀਆਂ ਰੂਪੀ ਉਜਾੜ ਵਿੱਚ ਫਿਰਦੇ ਨੇ, ਜਿਵੇਂ ਕਿ ਉਜਾੜ ਵਿੱਚ ਭਟਕ ਜਾ, 84 ਲੱਖ ਜੂਨੀਆਂ ਵੀ ਐਸੀਆਂ ਨੇ ਪਿਆ। ਭਰਮ ਪਾਇਆ ਉਦਿਆਨ ਰਮਣ, ਉਦਿਆਨ ਜੰਗਲ ਉਜਾੜ ਜੀ ਭਰਮ ਦੇ ਵਿੱਚ ਪਿਆ ਹੋਇਆ ਹੰਕਾਰੀ ਪੁਰਸ਼ 84 ਦੇ ਗੇੜੇ ਵਿੱਚ ਪੈ ਜਾਂਦਾ, ਫਿਰ ਵਾਰੀ ਨਹੀਂ ਮਿਲਦੀ। ਹੇ ਹੰਕਾਰ ਮਹਾ ਵਿਕਟ ਅਸਾਦ ਰੋਗ ਨਹਿ, ਸਤਿਗੁਰੂ ਫਰਮਾਉਂਦੇ ਹੇ ਹੰਕਾਰ ਤੂੰ ਮਹਾ ਵਿਕਟ ਕਠਨ ਜੀਵਾਂ ਨੂੰ ਅਸਾਦ ਰੋਗ ਲੱਗ ਰਿਹਾ, ਅਸਾਦ ਰੋਗ ਜਿਸਦਾ ਕੋਈ ਇਲਾਜ ਨਾ ਹੋਵੇ, ਐਸਾ ਕਿਸੇ ਕੰਮ ਕੰਮ ਕਰਨ ਸੇ ਦੂਰ ਨਹੀਂ, ਕਿਸੇ ਕੰਮ ਕਰ ਬੜੇ ਕਰਮ ਕਰੇ ਇੰਜ ਦੂਰ ਤੂੰ, ਫਿਰ ਕਿਵੇਂ ਦੂਰ ਹੋਵੇ ਅਸਾਦ ਰੋਗ ਹੈ ਹੰਕਾਰ ਦਾ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ, ਵੈਦਿਆਂ ਪਾਰ ਬ੍ਰਹਮ ਪਰਮੇਸ਼ਵਰਮ ਆਰਾਦ ਨਾਨਕ ਹਰ ਹਰ ਹਰੇ, ਵੈਦਿਆਂ ਪਾਰ ਬ੍ਰਹਮ ਪਰਮੇਸ਼ਵਰ ਆਰਾਦ ਨਾਨਕ ਹਰ ਹਰ ਹੀ ਹੰਕਾਰ ਅਸਾਧ ਰੋਗ ਰੂਪੀ ਤੇਰੇ ਕੋ ਦੂਰ ਕਰਨੇ ਖਾਰਾ ਵੈਦ ਇੱਕ ਮੇਰਾ ਵਾਹਿਗੁਰੂ, ਮੇਰਾ ਵੈਦ ਗੁਰੂ ਗੋਬਿੰਦਾ ਖਦ ਖਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਬੰਦਾ, ਉਹ ਐਸਾ ਵੈਦ ਹੈ ਮੇਰਾ ਸਤਿਗੁਰੂ, ਮੇਰਾ ਪਰਮੇਸ਼ੁਰ ਵੈਦ, ਪਰਮੇਸ਼ੁਰ ਆਪ ਹੀ ਵੈਦ, ਵੈਦਿਆਂ ਪਾਰ ਬ੍ਰਹਮ ਪਰਮੇਸ਼ੁਰ ਆਪ ਪਰਮੇਸ਼ੁਰ, ਇਸ ਹਰੀ ਦੇ ਹਰ ਹਰ ਨਾਮ ਨੂੰ ਜਪ ਕੇ ਅਸੀਂ ਕਲਾ ਦੇਖਾਂ ਜਪ ਦੇਖਾਂ, ਕਿਉਂਕਿ ਐਸਾ ਵੈਦ ਮੇਰਾ ਵਾਂਗੀ ਗੁਰੂ ਗੋਬਿੰਦ ਜੋ ਜਨਮਾਂ ਜਨਮਾਤਰਾਂ ਦੇ ਦੁੱਖ ਕੱਟ ਦਿੰਦਾ, ਜਨਮ ਜਨਮ ਕੇ ਦੁੱਖ ਨਵਾਰੈ ਸੂਕਾ ਮਨ ਸਦਾਰੈ, ਦਰਸਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ, ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਜਮ ਕੀ, ਜਮਾਂ ਦੀ ਫਾਹੀ ਕੱਟ ਦਿੰਦਾ ਹੈ ਮੇਰਾ ਵਾਹਿਗੁਰੂ, ਐਸਾ ਵੈਦ। ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਹਿੰਦੇ ਨੇ, ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ, ਸਾਰੇ ਰੋਗਾਂ ਦੀ ਦਾਰੂ ਨਾਮ ਹੈ ਵਾਹਿ, ਸਾਧ ਰੋਗ ਇਹ ਦੂਰ ਹੋਵੇਗਾ ਵਾਹਿਗੁਰੂ ਦੀ ਬਖਸ਼ਿਸ਼ ਨਾਲ, ਹਰੀ ਦੇ ਨਾਮ ਨੂੰ ਜਪ ਕੇ ਅਰਾਧਨਾ ਇਹ ਭਾਈ ਸਵਾਹੀ ਗੁਰੂ ਦੇ ਹਰ ਨਾਮ ਨੂੰ ਜਪ ਕੇ ਅਰਾਧਨਾ ਕਰ, ਨਾਮ ਨੂੰ ਜਪ ਗੁਰੂ ਦੀ ਸ਼ਰਨ ਲੈ, ਉਹੀ ਹਕੀਮ ਰੂਪ ਹੋ ਕੇ ਵੈਦ ਰੂਪ ਹੋ ਕੇ ਤੇਰੇ ਅਸਾਰ ਰੋਗ ਹੰਕਾਰ ਨੂੰ ਦੂਰ ਕਰੇਗਾ, ਕਿਉਂਕਿ ਉਹ ਮਾਲਕ ਸਮਰਥਕ ਹੈ, ਜੋ ਉਸਦੀ ਸ਼ਰਨ ਵਿੱਚ ਆਵੇ ਉਸਦੀ ਪੈਰ ਪ੍ਰਤੀਕਿਆ ਰੱਖਦਾ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਉਹ ਬਿਰਧ ਸੁਆਮੀ ਸਦਾ, ਸਤਿਗੁਰੂ ਦੀ ਸ਼ਰਨ ਲਈਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਗੁਰੂ ਦੇ ਉਪਦੇਸ਼ ਦੇ ਚੱਲੀਏ, ਨਾਮ ਨੂੰ ਜਪੀਏ,
ਸੰਗਤ ਕਰੀਏ ਸਤ ਪੁਰਸ਼ਾਂ ਦੀ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੈ ਸਦਾ ਬਿਬੇਕ ਹੇ ਅਪਰੰਪਰ ਹਰ ਹਰੇ ਹੈ ਭੀ ਹੋਵਨ ਹਾਰ ਹੇ ਸੰਤ ਕੇ ਸਦਾ ਸੰਗ ਨਿਧਾਰ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰੱਖੋ ਹੀ ਐ ਪਰੋਈ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੋ ਚੰਦਾ ਉਘਵੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਅਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ
ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮਹਿਲੇ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਬਾਰੀ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰਬਾਰੀ ਉਤਾਰਨ ਹਾਰ।